स्वागत करती हां प्रोग्राम दे विच। सतिकार वीर जी स्वागत है जी प्रोग्राम दे विच। सतिकार भैन जी सतिकार। सब तो पहला पीबीसी चैनल दे सारे दर्शकों मेरे वालों प्यार भरी सतिकार अदाब नमस्ते ते वेरी गुड इवनिंग। एक बार फिर जीवन जांच दे विच सारे दर्शकों का बहुत बहुत स्वागत है। तो बिल्कुल जीवन ते जांच दी गल्लां बिल्कुल भी जी जिवें मैं स्टार्टिंग दे विच गल कीती कि गतिविधियां दी जिहड़ी गल करां क्योंकि सारियां दर्शकां नूं पता आ पिछले कुछ हफ्तियां तों असीं पूरी अपडेट दे रहे हां जिहड़ा एनुअल समागम जिहड़ा फंडरेजिंग समागम जिहड़ा करवाया जांदा है। और इस बार जिहड़ा तुसीं साउथ हॉल पार्क एवेन्यू गुरु घर दे विच जिहड़े बारे सारा प्रबंध कीता गया हैगा उहदे बारे थोड़ी जिही जानकारी जिहड़ी आ उह जरूर दर्शकां नूं दे दिओ। उस तों बाद असीं जिहड़े करंट मुद्दे आ उहनां वल चलांगे। सो पहलां तां देखदे हां कि की गतिविधियां अमृतसर दे विच चल रहियां ने ते इत्थे की प्रबंध जिंदगी दा सफर ते ट्रेन दे सफर दे विच की फर्क है? जिंदगी दे सफर दे विच ते ट्रेन दे सफर दे विच मंजिल सानू पता हैगी पर असीं आले दुआले भटकते फिरदे आ और असल मंजिल वाल जाण दा जिहड़ा साडा ध्यान आ उह नहीं हैगा। मेरे ख्याल नाल तां इह आ, बाकी तुसीं दस दो कि तुसीं की कहना चाहुंदे हो। बिल्कुल नहीं, मैं बिल्कुल दुरुस्त है थोड़ा, पर मैं कहना कि आप एनुअल फंक्शन दे नाल रिलेट करना है जी। ते मेरे दिमाग च सुबह उठन सारे आया कि जिंदगी दा जिहड़ा सफर हैगा जी ते बस दा जां ट्रेन दा सफर फर्क इह हैगा कि जदों आपां ट्रेन चों उतरदे हैं जी स्टेशन आउंदा है ते सब तों पहलां आपां आपदे लगेज नूं हथ पाउंदे हैं जी। ਜਿਹੜਾ ਸਮਾਨ ਜਿਹੜਾ ਸਮਾਨ ਹੁੰਦਾ ਹੈ ਕਿ ਸਾਡਾ ਉਹ ਸਮਾਨ ਰਹਿ ਨਾ ਜਾਵੇ ਜੀ। ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਹਾਂਜੀ, ਜਦੋਂ ਅਸੀਂ ਉਹਦੇ ਤੋਂ ਉਤਰਨਾ ਹੈਗਾ ਆਖਰੀ ਦਿਨ ਤੇ ਉਦੋਂ ਲੱਗੇ ਜੀ ਇੱਥੇ ਰਹਿੰਦਾ ਜੀ ਉੱਥੇ ਰਹਿ ਜਾਂਦਾ ਜੀ। ਆਹ ਫਰਕ ਹੈ, ਸਭ ਤੋਂ ਵੱਡਾ ਫਰਕ ਇਹ ਹੈ। ਇਹ ਇੱਕ ਲੈਸਨ ਸਮਝ ਲਈਏ ਆਪਾਂ, ਸਬਕ ਸਮਝ ਲਈਏ, ਨਸੀਹਤ ਸਮਝ ਲਈਏ, ਗੁਰਬਾਣੀ ਦੀਆਂ ਜੇ ਆਪਾਂ ਸ਼ਬਦਾਂ ਤੋਂ ਕੁਛ ਸਿੱਖ ਲਈਏ ਕਿ ਇੱਥੇ ਬੰਦਿਆ ਰਹਿ ਜਾਣਾ ਸਾਰਾ ਕੁਛ, ਲਗਜ ਟ੍ਰੇਨ 'ਚ ਚੱਕ ਸਕਦਾ ਤੂੰ, ਜ਼ਿੰਦਗੀ ਦੇ ਆਖਰੀ ਦਿਨ ਤੱਕ ਉਸ ਦਿਨ ਇੱਥੇ ਹੀ ਸਿਰਫ ਹੱਥ, ਜਿਵੇਂ ਕਿ ਇੱਕ ਬਹੁਤ ਵੱਡੇ ਰਾਜੇ ਨੇ ਕਿਹਾ ਸੀ ਕਿ ਮੇਰੇ ਹੱਥ ਨੰਗੇ ਕਰ ਦਿਓ ਤਾਂ ਪਤਾ ਲੱਗੇ ਕਿ ਮੈਂ ਲੈ ਕੇ ਨਹੀਂ ਚੱਲਿਆ ਕੁਛ। ਅਤੇ ਐਨੂਅਲ ਫੰਕਸ਼ਨ ਵੀ ਇਹੀ ਹੈ ਕਿ ਸਾਰੀ ਸੰਗਤ ਨੂੰ ਇਹੀ ਅਪੀਲ ਕਰਦੇ ਹਾਂ ਕਿ ਵਾਹਿਗੁਰੂ ਨੂੰ ਧਿਆਨ ਧਿਆਈਏ, ਨਾਮ ਜਪੀਏ, ਜਪਾਈਏ ਅਤੇ ਉੱਥੇ ਸੇਵਾ ਕਰੀਏ ਅਤੇ ਕੁਛ ਲੇਖਾ ਦੇਈਏ, ਕੁਛ ਦਾਨ ਉਹਨੂੰ ਦਾਨ ਕਰੀਏ। ਅਤੇ ਐਨੂਅਲ ਫੰਕਸ਼ਨ ਇਸੇ ਕਰਕੇ ਕਰਾਇਆ ਜਾਂਦਾ ਅਤੇ ਜ਼ਰੂਰ ਸਾਰੀ ਸੰਗਤ ਉੱਥੇ ਆਈਏ। ਅਤੇ ਇਹ ਟ੍ਰੇਨ ਦੇ ਸਫ਼ਰ ਦਾ ਅਤੇ ਜ਼ਿੰਦਗੀ ਦੇ ਸਫ਼ਰ ਦਾ ਥੋੜ੍ਹਾ ਆਪਾਂ ਦੂਸਰਿਆਂ ਨੂੰ ਵੀ ਦੱਸੀਏ ਕਿਉਂਕਿ ਤੁਸੀਂ ਤਾਂ 2006 ਤੋਂ ਜੁੜੇ ਹੋ ਸਾਡੇ ਨਾਲ ਜੀ, ਹਮੇਸ਼ਾ ਦਾਨ ਕਰਦੇ, ਲੇਕਿਨ ਆਪਾਂ ਰਲ ਕੇ ਪੀਬੀਸੀ ਚੈਨਲ ਵੀ ਉੱਥੇ ਹੋਏਗਾ, ਉਹ ਵੀ ਆਪਣਾ ਸਾਰਾ ਕਵਰੇਜ ਕਰੇਗਾ ਅਤੇ ਆਪਾਂ ਸੰਗਤ ਨੂੰ ਇੱਕ ਵਾਰੀ ਫਿਰ ਜਾਗਰਤ ਕਰੀਏ ਕਿ ਜੀਵਨ ਕੀ ਹੈ, ਜੀਵਨ ਜਾਂਚ ਕੀ ਹੈ। ਅਤੇ ਇਹ ਹੋਰ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਜਿਹੜੇ ਆਪਣਾ ਡੋਨੇਸ਼ਨ ਹੈ ਐਨੂਅਲ ਫੰਕਸ਼ਨ ਦੀ ਉਹ ਆਉਣੀ ਸ਼ੁਰੂ ਹੋ ਗਈ ਹੈ, ਸਕਰੋਲ 'ਤੇ ਵੀ ਚੱਲਦੇ ਹੋਣਗੇ ਨੰਬਰ। ਅਤੇ ਮਤਲਬ ਕਿ ਸੰਗਤ ਦਾਨ ਕੋਈ ਆਫਿਸ ਦੇ ਵਿੱਚ ਆ ਕੇ ਇੱਥੇ ਸਾਡੇ ਕੁਛ ਉੱਦਾਂ ਟੈਲੀਫੋਨ ਕਰਕੇ ਲਿਖਾਈ ਜਾਂਦੇ ਹੈ ਅਤੇ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਦਾਨ ਦੇ ਨਾਲ ਨਾਲ ਆਪਣੀ ਜਿਹੜੀ ਡੇਟ ਹੈ ਇਹ 17 ਦਸੰਬਰ ਪਾਠ ਸਾਹਿਬ ਦੇ ਭੋਗ ਪੈਣਗੇ
ਤੇ 15 ਤੋਂ ਆਪਾਂ 3 ਦਿਨ ਸੇਵਾ ਕਰਾਂਗੇ ਤੇ ਇਹ ਜ਼ਰੂਰ ਸੰਗਤ ਨੂੰ ਅਪੀਲ ਆਪਾਂ ਬਾਰ ਬਾਰ ਕਰ ਰਹੇ ਜ਼ਰੂਰ ਬਿਲਕੁਲ ਵੀ ਜੀ ਬਹੁਤ ਵਧੀਆ ਤੁਹਾਡੇ ਵਿਚਾਰ ਜਿਹੜੇ ਆ ਤੁਸੀਂ ਉਦਾਹਰਣ ਬਹੁਤ ਸੋਹਣੀ ਦਿੱਤੀ ਆ ਵੈਸੇ ਜੇ ਆਪਾਂ ਗੱਲ ਕਰੀਏ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਦੁਨਿਆਵੀ ਪਦਾਰਥ ਜਿਹੜੇ ਉਹ ਇੱਥੇ ਹੀ ਲੈ ਜਾਣੇ ਨੇ ਪਰ ਜਿਵੇਂ ਵੀ ਜੀ ਨੇ ਗੱਲ ਕੀਤੀ ਕਿ ਜਿਹੜਾ ਤੁਹਾਡਾ ਦਾਨ ਕੀਤਾ ਚੰਗੇ ਕਰਮ ਕੀਤੇ ਨੇ ਉਹ ਵਾਲੀ ਗਠੜੀ ਦੇ ਨਾਲ ਜਿਹੜੀ ਆ ਉਹ ਜਾਵੇਗੀ ਜ਼ਰੂਰ ਪਰ ਗੱਲ ਇਹ ਆ ਕਿ ਉਹਦੇ ਲਈ ਸਾਨੂੰ ਕੱਢਣਾ ਪੈਣਾ ਸਮਾਂ ਸੋਚ ਬਦਲਣੀ ਪੈਣੀ ਆ ਸਾਰੇ ਪਦਾਰਥ ਇੱਥੇ ਹੀ ਰਹਿ ਜਾਣੇ ਆ ਪਰ ਅਸਲ ਜਿਹੜੀ ਕਮਾਈ ਆ ਉਹ ਸਾਡੇ ਨਾਲ ਜਾਣੀ ਆ ਇਸੇ ਕਰਕੇ ਜ਼ਰੂਰ ਜਿੱਥੇ ਤੁਸੀਂ ਕੋਸ਼ਿਸ਼ ਕਰੋ ਕਿ ਖਾਸ ਕਰਕੇ ਉਹਨਾਂ ਦੀ ਜਿਹੜੇ ਸਰੀਰਕ ਤੌਰ ਤੇ ਅਸਮਰਥ ਨੇ ਜਿਹੜੇ ਆਪਣੀ ਦੇਖ ਰੇਖ ਨਹੀਂ ਕਰ ਸਕਦੇ ਸਾਨੂੰ ਤੰਦਰੁਸਤੀ ਗੁਰੂ ਮਹਾਰਾਜ ਨੇ ਬਖਸ਼ੀ ਆ ਤਾਂ ਅੰਗ ਵਧੀਆ ਬਖਸ਼ੇ ਨੇ ਕਿ ਅਸੀਂ ਕਿਰਤ ਕਰਕੇ ਜਿਹੜਾ ਆਪਣਾ ਵੀ ਢਿੱਡ ਭਰੀਏ ਤੇ ਬਾਕੀਆਂ ਦਾ ਵੀ ਸਹਿਯੋਗ ਜਿਹੜਾ ਉਹ ਦੇ ਸਕੀਏ ਸੋ ਪਿੰਗਲਵਾੜੇ ਸੰਸਥਾ ਨੂੰ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜ਼ਰੂਰ ਸਪੋਰਟ ਕਰਿਆ ਕਰੋ ਜਿਵੇਂ ਕਿ ਤੁਸੀਂ ਸਕਰੋਲ ਦੇ ਉੱਤੇ ਦੇਖ ਵੀ ਰਹੇ ਹੋ ਕਿ ਜਿਨ੍ਹਾਂ ਜਿਨ੍ਹਾਂ ਨੇ ਸਪੋਰਟ ਕੀਤੀ ਉਹਨਾਂ ਦੇ ਨਾਮ ਜਿਹੜੇ ਆ ਰਹੇ ਨੇ ਤੇ ਨਾਲ ਦੇ ਨਾਲ ਯਾਦ ਜ਼ਰੂਰ ਰੱਖਿਓ ਡੇਟਸ ਜਿਹੜੀਆਂ ਵੀਰ ਜੀ ਨੇ ਦੱਸੀਆਂ ਨੇ ਕਿ 17 ਦਸੰਬਰ ਨੂੰ ਅਖੰਡ ਸਾਹਿਬ ਸ਼ੁਰੂ ਹੋਣੇ ਨੇ ਤੇ 19 ਦਸੰਬਰ ਨੂੰ ਜਿਹੜੇ ਭੋਗ ਪੈਣੇ ਨੇ ਪਾਰਕ ਐਵਨਿਊ ਗੁਰਦੁਆਰਾ ਸੌਥਾਲ ਵਿਖੇ ਸੋ ਜ਼ਰੂਰ ਸਾਰੀਆਂ ਸੰਗਤਾਂ ਨੇ ਉੱਥੇ ਪਹੁੰਚਣਾ ਆ ਤੇ ਸਕਰੀਨ ਦੇ ਉੱਤੇ ਜਿਹੜੇ ਨੰਬਰ ਲਿਖੇ ਨੇ ਉਹਨਾਂ ਨੰਬਰਾਂ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਗਰਾਜ ਸਿੰਘ ਸਰਾਜ ਜੀ ਥੋੜਾ ਜਿਹਾ ਕਰੰਟ ਜਿਹੜੇ ਇਸ ਟਾਈਮ ਮੁੱਦੇ ਨੇ ਉਹਨਾਂ ਦੇ ਉੱਤੇ ਵਿਚਾਰਾਂ ਜ਼ਰੂਰ ਸਾਂਝੀਆਂ ਕਰਨੀਆਂ ਬਣਦੀਆਂ ਨੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਇੰਗਲੈਂਡ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਵਿਦੇਸ਼ ਮੰਤਰੀ ਬਦਲ ਚੁੱਕੇ ਨੇ ਨਵੇਂ ਅਹੁਦੇ ਤੇ ਆਉਂਦਿਆਂ ਹੀ ਕੈਮਰਨ ਨੇ ਜਦੋਂ ਅਹੁਦਾ ਸੰਭਾਲ ਲਿਆ ਤੇ ਨਾਲ ਹੀ ਵਿਦੇਸ਼ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਅੱਜ ਖਬਰਾਂ ਦੇ ਵਿੱਚ ਮੈਂ ਪੜ੍ਹ ਰਹੀ ਸੀ ਕਿ ਇੰਗਲੈਂਡ ਵੱਲੋਂ ਜਿਹੜਾ ਯੂਕਰੇਨ ਦੇ ਉੱਤੇ ਜਿਹੜੀ ਮਦਦ ਕੀਤੀ ਗਈ ਆ ਜੰਗ ਦੇ ਲਈ ਨੀਅਰ ਅਬਾਊਟ 4 ਅਰਬ ਤੇ 6 ਕਰੋੜ ਜਿਹੜਾ ਪੌਂਡ ਆ ਇਹ ਵਰਤੇ ਗਏ ਨੇ ਉੱਥੇ ਜੰਗ ਦੇ ਵਿੱਚ ਇੰਗਲੈਂਡ ਵੱਲੋਂ ਜਿਹੜੀ ਸਹਾਇਤਾ ਦਿੱਤੀ ਗਈ ਤੇ ਨਾਲ ਨਾਲ 30,000 ਦੇ ਨੇੜੇ ਜਵਾਨਾਂ ਨੂੰ ਕਹਿੰਦੇ ਨੇ ਕਿ ਸਿਖਲਾਈ ਵੀ ਦਿੱਤੀ ਗਈ ਜੰਗ ਦੀ ਜੰਗ ਦਾ ਮਾਹੌਲ ਜਿਹੜਾ ਉਹ ਬਣਦਾ ਜਾ ਰਿਹਾ ਜਿਸ ਹਿਸਾਬ ਦੇ ਨਾਲ ਇਸ ਟਾਈਮ ਸਿਚੁਏਸ਼ਨ ਬਣ ਰਹੀ ਹੈਗੀ ਆ ਕਿ ਅਗਲੇ ਯੁੱਧ ਦੀ ਤਿਆਰੀਆਂ ਹੋ ਰਹੀਆਂ ਨੇ ਸੋ ਪੂਰੇ ਵਰਲਡ ਦੀ ਜੇ ਆਪਾਂ ਗੱਲ ਕਰੀਏ ਤੁਹਾਡੇ ਖਿਆਲ ਨਾਲ ਕਿ ਜੰਗ ਨੂੰ ਖਤਮ ਕਰਨ ਦੀ ਬਜਾਏ ਹੋਰ ਬੜਾਵਾ ਦੇਣਾ ਇਹਦੇ ਉੱਤੇ ਤੁਸੀਂ ਕੀ ਵਿਚਾਰਾਂ ਰੱਖਦੇ ਹੋ ਪਹਿਲੀ ਗੱਲ ਤਾਂ ਜੀ ਅੰਕੜੇ ਤੁਹਾਡੇ ਮੇਰੇ ਖਿਆਲ ਇਹ ਰੁਪਈ ਦੇ ਵਿੱਚ ਹੈਗੇ ਆ ਰੁਪਈਏ ਦੇ ਵਿੱਚ ਹੈ ਤੇ ਕਾਫੀ ਦਰੁਸਤ ਹੈ ਨੇੜੇ ਤੇੜੇ ਹੀ ਹੈ 2.3 billion ਜਿਹੜਾ ਪਾਉਂਡ ਇਹ 22 ਦੇ ਵਿੱਚ ਯੂਕੇ ਨੇ ਦਿੱਤਾ ਸੀਗਾ ਤੇ 23 ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਮੈਚ ਕਰਾਂਗੇ ਮਤਲਬ ਕਿ 4.6 billion ਇਹਨਾਂ ਨੇ ਐਂਡ ਆਫ ਦਿਸ ਈਅਰ ਦੇ ਦੇਣਾ ਹੈਗਾ ਤੇ US ਨੇ $75 billion $75 billion ਤੇ $50 billion ਯੂਰਪੀਅਨ ਯੂਨੀਅਨ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਨੇ ਅਤੇ ਆਪਾਂ ਮਤਲਬ ਗੱਲਾਂ ਕਰਦੇ ਹਾਂ ਕਿ ਸੀਜ਼ ਫਾਇਰ ਹੋਏ ਸੀਜ਼ ਫਾਇਰ ਦੀਆਂ ਪਾਰਲੀਮੈਂਟਾਂ ਦੇ ਵਿੱਚ ਵੋਟਿੰਗ ਚੱਲ ਰਹੀ ਹੈ ਦੇਖੋ ਕਿ ਇਹ ਕਿੱਡਾ ਕੁ ਵੱਡਾ ਰੈਫਰੈਂਡਮ ਹੈ ਜਿਹਦੀ ਕਿ ਸਾਨੂੰ ਬਹੁਤ ਪਹਿਲਾਂ ਤਾਂ ਡੇਟ ਲੈਣੀ ਪਊਗੀ ਫਿਰ ਉਹਦਾ ਕੋਈ ਮਹੂਰਤ ਕਢਾਉਣਾ ਪਏਗਾ ਅਤੇ ਇੱਕ ਪਾਸੇ ਮਾਵਾਂ ਦੇ ਪੁੱਤ ਅਤੇ ਮਾਵਾਂ ਦੇ ਬੱਚਿਆਂ ਦੀਆਂ ਮਾਵਾਂ ਮਾਂ ਬਾਪ ਉਹ ਮਤਲਬ ਦੱਬੇ ਜਾ ਰਹੇ ਹੈ ਉੱਤੋਂ ਦੀ ਬੁਲਡੋਜ਼ਰਾਂ ਵਾਂਗੂ ਟੈਂਕ ਚੱਲ ਰਹੇ ਹੈ ਅਤੇ ਜਿਹੜੇ ਹਸਪਤਾਲ ਹੈ ਉਹ ਅਟੈਕ ਦੇ ਬਿਲਕੁਲ ਮਤਲਬ ਉੱਥੇ ਵੀ ਅਟੈਕ ਹੋ ਰਹੇ ਹੈ ਅਤੇ ਕੀ ਸਾਡੀ ਸਾਰਾ ਮੈਂ ਕਹੂੰਗਾ ਸੰਸਾਰ ਸਾਰਾ ਕੀ ਉਹ ਦੇਖ ਰਿਹਾ ਕੀ ਉਹਨਾਂ ਨੇ ਅੱਖਾਂ ਵਿੱਚੀਆਂ ਉਹਨਾਂ ਦੇ ਕੰਨ ਬੰਦ ਹੈ ਅਤੇ ਬੜੇ ਹੀ ਇਹ ਮੈਂ ਕਹਿੰਦਾ ਕਿ ਅਚਰਜਨਕ ਜਿਹੜੀਆਂ ਗੱਲਾਂ ਹੈ ਉਹ ਆਪਾਂ ਦੇਖ ਰਹੇ ਹਾਂ ਅਤੇ ਕਈ ਵਾਰੀ ਦਿਮਾਗ 'ਚ ਆਉਂਦਾ ਹੈ ਕਿ ਕਿਹੜੇ ਸੰਸਾਰ 'ਚ ਅਸੀਂ ਰਹਿ ਰਹੇ ਹਾਂ ਜਿੱਥੇ ਲੜਾਈ ਤੋਂ ਬਗੈਰ ਜਾਂ ਬਰਬਾਦੀ ਤੋਂ ਬਗੈਰ ਜਾਂ ਜੰਗਾਂ ਤੋਂ ਬਗੈਰ ਹੋਰ ਕੋਈ ਗੱਲ ਹੀ ਨਹੀਂ ਹੋ ਰਹੀ ਅਤੇ ਵੋਟਾਂ ਪੈ ਰਹੀਆਂ ਵੋਟਾਂ ਦੇ ਵਿੱਚ ਅੱਧੇ ਉੱਧਰ ਅੱਧੇ ਇੱਧਰ ਅਤੇ ਮੈਂ ਕਹਾਂਗਾ ਕਿ ਬੜੀ ਇਹ ਬਦਨਸੀਬ ਘੜੀਆਂ ਇਹ ਅਤੇ ਇੱਕ ਪਾਸੇ ਤਾਂ ਤੁਸੀਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਇੰਨੀ ਇੰਨੀ ਮਦਦ ਅਤੇ ਤੁਸੀਂ ਵਿਦੇਸ਼ ਮੰਤਰੀ ਚੇਂਜ ਆਪਾਂ ਬਦਲਿਆ ਅਤੇ ਉਹ ਵੀ ਹੋ ਸਕਦਾ ਕਿ ਪੈਕਟ ਕੋਈ ਇਸ ਤੋਂ ਵੀ ਵੱਡਾ ਮੰਗੇ ਕਿ ਨਹੀਂ ਹੋਰ ਦਾਨ ਕਰਨਾ ਚਾਹੀਦਾ ਉਹਨਾਂ ਨੂੰ ਇਹ ਇਹਨਾਂ ਨੇ ਤਾਂ ਦਾਨ ਹੀ ਸਮਝਿਆ ਏਡ ਨੂੰ ਏਡ ਕਹਿ ਰਹੇ ਹੈ ਇਹ ਏਡ ਕਾਹਦੀ ਹੋਈ ਮੈਂ ਕਹਾਂਗਾ ਕਿ ਇਹ ਮਨੁੱਖਤਾ ਦੀ ਬਰਬਾਦੀ ਵਾਸਤੇ ਪੈਸਾ ਖਰਚਿਆ ਜਾ ਰਿਹਾ ਅਤੇ ਤੁਸੀਂ ਹੋਰ ਵੀ ਸੁਣਿਆ ਹੋਏਗਾ ਕਿ ਜਿਹੜੇ ਕਿ ਬੈਨੀਫਿਟ ਹੈ ਜਿਹੜੇ ਇੱਕ ਪਾਸੇ ਤਾਂ ਬਿਲੀਅਨਸ ਬਿਲੀਅਨਸ ਪਾਉਂਡ ਉਹ ਬੰਬਾਂ 'ਤੇ ਉਹ ਜੰਗਾਂ 'ਤੇ ਖਰਚ ਰਹੇ ਆ
ਤੇ ਦੂਜੇ ਪਾਸੇ ਪ੍ਰੈਸਕ੍ਰਿਪਸ਼ਨ ਹੈ ਜਿਹੜੀ ਉਹ ਵੀ ਕਹਿੰਦੇ ਕਿ ਜਿਹੜੇ ਅਨਇੰਪਲਾਈਡ ਹੈ ਜੇ ਉਹ ਕੰਮ ਕਰਨ ਦੇ ਯੋਗ ਹੈਗੇ ਹੈ ਤੇ ਉਹਨਾਂ ਦੀ ਬੰਦ ਕੀਤੀ ਜਾਊਗੀ। ਤੇ ਮੈਨੂੰ ਬੜੀ ਹੈਰਾਨਗੀ ਹੈ ਕਿ ਤੁਸੀਂ ਉਹਨਾਂ ਨੂੰ ਕੰਮ ਤਾਂ ਦੇ ਨਹੀਂ ਸਕਦੇ ਤੇ ਤੁਸੀਂ ਉਹਨਾਂ ਦੀਆਂ ਪ੍ਰੈਸਕ੍ਰਿਪਸ਼ਨਾਂ ਖੋ ਰਹੇ ਹੋ, ਇਹ ਵੀ ਕਿੱਥੋਂ ਦੱਸਦੇ ਆ। ਮੈਂ ਕਹਾਂਗਾ ਕਿ ਹਨੇਰ ਖਾਤਾ ਚਾਰੇ ਪਾਸੇ ਹੈ, ਭਾਵੇਂ ਕਿਸੇ ਕੰਟਰੀ 'ਚ ਲੈ ਲਓ, ਅਤੇ ਬੜੀਆਂ ਇਹ ਮਤਲਬ ਇਹ ਜਿਹੜੇ ਮੁੱਦੇ ਹੈ ਬੜੇ ਸੋਚਣ ਵਾਲੇ ਹੈ। ਲੇਕਿਨ ਸੋਚਣ ਵਾਲੇ ਜਿਨ੍ਹਾਂ ਵਾਲੇ ਬੰਦੇ ਪਾਰਲੀਮੈਂਟਾਂ ਦੇ ਵਿੱਚ ਬੈਠੇ ਹੈ ਉਹ ਮੇਰੇ ਖਿਆਲ ਦੇ ਮੁਤਾਬਕ ਬਿਲਕੁਲ ਅਣਭੋਲ ਬਣੇ ਬੈਠੇ। ਨਹੀਂ ਬਿਲਕੁਲ, ਇਸ ਪਾਸੇ ਧਿਆਨ ਜਿਹੜਾ ਉਹ ਦੇਣਾ ਪੈਣਾ। ਇੱਕ ਪਾਸੇ ਤਾਂ ਅਜਿਹੀਆਂ ਸਮਾਜ ਸੇਵਕ ਸੰਸਥਾਵਾਂ ਨੇ ਜਿਹੜੇ ਕਿ ਮਨੁੱਖਤਾ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਨੇ, ਤੇ ਦੂਜੇ ਪਾਸੇ ਜਿਹੜੇ ਸਿਆਸੀ ਲੀਡਰ ਨੇ ਇਸੀ ਕਮਰਿਆਂ ਦੇ ਵਿੱਚ ਬੈਠ ਕੇ ਜੰਗ ਦੇ ਐਲਾਨ ਕਰ ਦਿੰਦੇ ਨੇ ਤੇ ਮਨੁੱਖਤਾ ਦਾ ਘਾਣ ਕਰਦੇ ਨੇ। ਸੋ ਹੈ ਉਹ ਵੀ ਇਨਸਾਨ ਤੇ ਉਹ ਵੀ ਇਨਸਾਨ। ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਸਮਾਜ ਸੇਵਕ ਸੰਸਥਾ ਚਲਾਉਣ ਵਾਲੇ ਨੇ ਉਹ ਸਿਰਫ ਤੇ ਸਿਰਫ ਇਹ ਧਿਆਨ ਰੱਖਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਜਿਹੜੀ ਉਹ ਕੀਤੀ ਜਾ ਸਕੇ। ਜੇ ਆਪਾਂ ਪਿੰਗਲਵਾੜੇ ਦੀ ਗੱਲ ਕਰੀਏ, ਭਗਤ ਜੀ ਦੀ ਸੋਚ ਨੂੰ ਲੈ ਕੇ ਹੁਣ ਤੱਕ ਲਗਾਤਾਰ ਜਿਹੜਾ ਆ ਕੰਮ ਚੱਲ ਰਿਹਾ ਹੈਗਾ, ਇਸੇ ਨੂੰ ਮੱਦੇਨਜ਼ਰ ਰੱਖਦੇ ਹੋਇਆ ਜਿਹੜਾ ਇਹ ਐਨੂਅਲ ਫੰਕਸ਼ਨ ਜਿਹੜਾ ਸਮਾਗਮ ਜਿਹੜਾ ਉਹ ਵੀ ਰੱਖਿਆ ਗਿਆ ਹੈਗਾ, ਜਿੱਥੇ ਕਿ ਸਾਰੇ ਦਰਸ਼ਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਕਿ ਜ਼ਰੂਰ ਪਹੁੰਚੋ ਜਿਹੜੇ ਪਹੁੰਚ ਸਕਦੇ ਨੇ, ਤੇ ਜੇ ਕਿਸੇ ਕੋਈ ਨਹੀਂ ਪਹੁੰਚ ਸਕਦਾ ਤਾਂ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਭੇਜ ਸਕਦੇ ਨੇ। ਗੱਲ ਤੇ ਇਹ ਆ ਕਿ ਇਨਸਾਨੀਅਤ ਨੂੰ ਜਿੰਦਾ ਰੱਖਣਾ, ਇਨਸਾਨੀਅਤ ਨੂੰ ਸਮਝਣਾ, ਦੋਨੇ ਤਰ੍ਹਾਂ ਦੀ ਸੋਚ ਦੇ ਇਨਸਾਨ ਜਿਹੜੇ ਆ ਉਹ ਦੁਨੀਆਂ ਦੇ ਵਿੱਚ ਚੱਲ ਰਹੇ ਆ। ਸੋ ਜਗਰਾਜ ਸਿੰਘ ਸਰਾਜ ਜੀ, ਇੱਥੇ ਵੀ ਇੱਕ ਸੋਚਣ ਵਿਚਾਰਨ ਵਾਲਾ ਮੁੱਦਾ ਹੈਗਾ ਆ ਕਿ ਦੋਨੋਂ ਤਰ੍ਹਾਂ ਦੀ ਸੋਚ ਰੱਖਦੇ ਨੇ, ਇੱਕ ਮਨੁੱਖਤਾ ਦੀ ਸੇਵਾ ਲਈ ਤੇ ਦੂਜੇ ਮਨੁੱਖਤਾ ਦਾ ਘਾਣ ਕਰੀ ਜਾ ਰਹੇ ਨੇ, ਹੈ ਤਾਂ ਉਹ ਵੀ ਇਨਸਾਨ ਹੀ। ਬਿਲਕੁਲ ਜੀ, ਇਨਸਾਨ ਹੈਗਾ। ਦੂਸਰੇ ਨੰਬਰ 'ਤੇ ਇਹ ਕਿ ਦੇਖੋ ਕਿ ਉਹਨਾਂ ਨੇ ਉਹ ਉਹਨਾਂ ਨੂੰ ਉਹ ਵੋਟਾਂ ਪੈ ਕੇ ਜਿਹਨੇ ਇਲੈਕਟ ਹੋ ਕੇ ਜਾਂਦੇ ਆ ਜੀ, ਇਲੈਕਟ ਕਰਨ ਵਾਲੇ ਵੀ ਆਪਾਂ ਹੈ ਜੀ। ਤੇ ਫਿਰ ਤੁਸੀਂ ਦੇਖਦੇ ਹੋਵੋਗੇ ਕਿ ਸਮਾਜ ਸੇਵੀ ਉਹ ਕੋਈ ਪੋਸਟ ਪਾ ਲੈਣ ਜੀ, ਤੇ ਉਹ ਪੋਸਟ 'ਤੇ ਜਾਣੀ ਉਂਗਲਾਂ 'ਤੇ ਤੁਸੀਂ ਗਿਣ ਸਕਦੇ ਆ ਕਿ ਉਹਨਾਂ ਦੇ ਲਾਈਕਸ ਜਾਂ ਉਹ ਸ਼ੇਅਰ ਹੋਣਗੇ ਜੀ। ਤੇ ਜਿਹੜੀਆਂ ਇਹ ਸੁਬਹਾ ਉੱਠ ਕੇ ਜਿਹੜੀ ਨਿਊਜ਼ ਸੁਣਦੇ ਆ ਉਹਨਾਂ ਤੋਂ ਬਿਲਕੁਲ ਬੇਖਬਰੇ ਆ ਉਹ। ਤੇ ਆਪਾਂ ਖਾਸ ਤੌਰ 'ਤੇ ਪਿਛਲੇ 2-3-4 ਹਫ਼ਤੇ ਤੋਂ ਦੀਵਾਲੀ ਦੀਆਂ ਗੱਲਾਂ ਕਰਦੇ ਰਹੇ ਹਾਂ, ਨਗਰ ਕੀਰਤਨ ਦੀ ਗੱਲ ਕਰਦੇ ਰਹੇ ਹਾਂ। ਨਗਰ ਕੀਰਤਨ ਹਜੇ ਹੋਰ ਸ਼ਹਿਰਾਂ ਦੇ ਵਿੱਚ ਵੀ ਆਉਣੇ ਹੈਗੇ ਆ, ਸਜਾਉਣੇ ਹੈਗੇ ਆ। ਅਤੇ ਲੇਕਿਨ ਆਪਾਂ ਗੱਲ ਕਰਦੇ ਹਾਂ ਕਿ ਉਹ ਵੀ ਦੀਵਾਲੀ ਦੇ ਪਟਾਕੇ ਨਾ ਚਲਾਓ, ਆਹ ਨਾ ਕਰੋ, ਉਹ ਨਾ ਕਰੋ, ਅਤੇ ਨਗਰ ਕੀਰਤਨ 'ਤੇ ਪਟਾਕੇ ਨਾ ਚਲਾਓ। ਪਰ ਜਿਹੜੀ ਸਾਰੀ ਦੁਨੀਆ ਪਟਾਕੇ ਦੇਖ ਰਹੀ ਹੈ ਸੁਬਹਾ ਤੋਂ ਲੈ ਕੇ ਸ਼ਾਮ ਤੱਕ, ਉਹਦੇ ਬਾਰੇ ਉਹ ਕਹਿਣ ਆਪਾਂ ਜੇ ਕਹੀਏ ਕਿ ਉਹਨਾਂ ਬਾਰੇ ਤਾਂ ਕੋਈ ਬੰਦਾ ਸੋਚ ਹੀ ਨਹੀਂ ਰਿਹਾ ਹੈਗਾ। ਤਾਂ ਜਿਹੜੇ ਪਟਾਕੇ ਚਲਾਉਂਦੇ ਉਹ ਵੀ ਇਹ ਸੋਚਣਗੇ ਕਿ ਤੁਸੀਂ ਮਾਮੂਲੀ ਜਿਹੀਆਂ ਗੱਲਾਂ ਕਰੀ ਜਾਂਦੇ ਹੈ, ਅਤੇ ਜਿਹੜੀਆਂ ਵੱਡੀਆਂ ਗੱਲਾਂ ਉਹਨਾਂ ਵੱਲ ਕਿਸੇ ਦਿਲਚਸਪੀ ਨਹੀਂ। ਅਤੇ ਮੇਰਾ ਸਵਾਲ ਉਹਨਾਂ ਵਾਸਤੇ ਇਹੀ ਹੈ ਕਿ ਜਿਹੜੇ ਇਹ ਬੰਬ ਸਪਲਾਈ ਕਰ ਰਹੇ ਹੈ, ਜਿਹੜੇ ਬੰਬ ਭੇਜ ਰਹੇ ਹੈ, ਜਿਹੜੇ ਇੰਨੇ ਬਿਲੀਅਨ ਪਾਊਂਡ ਘੱਲ ਰਹੇ ਹੈ, ਉਹਨਾਂ ਨੂੰ ਇਲੈਕਟ ਵੀ ਤਾਂ ਤੁਸੀਂ ਕੀਤਾ ਹੈਗਾ। ਕਸੂਰ ਐਟ ਦੀ ਐਂਡ ਆਫ ਦੀ ਡੇ ਉਹ ਤੁਹਾਡਾ ਹੀ ਹੈ, ਭਾਵੇਂ ਤੁਸੀਂ ਦੀਵਾਲੀ ਦੇ ਵਿੱਚ ਅਣਗਹਿਲੀ ਕਰ ਰਹੇ ਹੋ, ਭਾਵੇਂ ਨਗਰ ਕੀਰਤਨਾਂ 'ਚ ਕਰ ਰਹੇ ਹੋ, ਜਾਂ ਤੁਸੀਂ ਜਿਹੜੇ ਆਪਣੇ ਉਮੀਦਵਾਰ ਹੈ, ਆਪਣੇ ਲੀਡਰ ਹੈ, ਉਹਨਾਂ ਨੂੰ ਚੋਣ 'ਚ ਕਰ ਰਹੇ ਹੋ। ਗਲਤੀ ਆਪਣੀ ਹੈ, ਆਪਾਂ ਹੀ ਭੋਗ ਜਿਹੜੀ ਜਨਤਾ ਹੀ ਭੋਗਦੀ ਹੈ ਉਹ ਇਸ ਕਰਕੇ। ਅਤੇ ਇਹ ਬੜਾ ਚਿੰਤਾ ਦਾ ਵਿਸ਼ਾ ਹੈਗਾ। ਮੈਂ ਕਹਿੰਦਾ ਕਿ ਜਿੱਥੇ ਸਮਾਜਵਾਦੀ ਜਿੱਥੋਂ ਕਰ ਉਹਨਾਂ ਦੀ ਪਹੁੰਚ ਹੈਗੀ ਹੈ, ਉੱਥੋਂ ਤੱਕ ਰੌਲਾ ਪਾ ਰਹੇ ਹੈ, ਡਾਂਕਾ ਵਜਾ ਰਹੇ ਹੈ, ਉਹ ਨਹੀਂ ਹਟਾਂਗੇ। ਲੇਕਿਨ ਨਾਲ ਦੇ ਨਾਲ ਸੰਗਤ ਨੂੰ ਜਾਗਰਤ ਹੋਣ ਦੀ ਲੋੜ ਹੈ। ਬਿਲਕੁਲ ਜੀ, ਧਿਆਨ ਰੱਖਣਾ ਚਾਹੀਦਾ। ਬਹੁਤ ਵਧੀਆ ਮੁੱਦੇ ਉੱਤੇ ਗੱਲ ਕੀਤੀ ਹੈ ਤੁਸੀਂ ਜਗਰਾਜ ਸਿੰਘ ਸਰਾਜ ਜੀ, ਕਿ ਅਸਲ ਦੇ ਵਿੱਚ ਜਦੋਂ ਅਸੀਂ ਇਲੈਕਟ ਕਰਦੇ ਹਾਂ ਨਾ ਸਿਆਸੀ ਲੀਡਰਾਂ ਨੂੰ ਜਾਂ ਜਿਹੜੀ ਵੀ ਪਾਰਟੀ ਨੂੰ ਸਪੋਰਟ ਕਰਦੇ ਹਾਂ, ਤਾਂ ਬੜਾ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਉਹ ਕਰਨਾ ਚਾਹੀਦਾ। ਨਹੀਂ ਤਾਂ ਫਿਰ 5 ਸਾਲ ਲਈ ਭੁਗਤਣਾ ਵੀ ਆਪ ਨੂੰ ਪੈਂਦਾ, ਚਾਹੇ ਉਹ ਤੁਸੀਂ ਇੱਥੇ ਰਹਿ ਰਹੇ ਹੋ, ਚਾਹੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਹਮੇਸ਼ਾ। ਸੋ ਗੱਲ ਤਾਂ ਇਹੀ ਆ ਕਿ ਅਸੀਂ ਖੁਦ ਇਹਨਾਂ ਸਿਆਸੀ ਲੀਡਰਾਂ ਨੂੰ ਚੁਣਦੇ ਹਾਂ, ਤੇ ਫਿਰ ਖੁਦ ਹੀ ਜਦੋਂ ਗਲਤ ਚੁਣੇ ਜਾਂਦੇ ਨੇ ਤੇ ਉਹਦਾ ਫਿਰ ਹਰਜਾਨਾ ਵੀ ਭੁਗਤਦੇ ਹਾਂ। ਜਗਰਾਜ ਸਿੰਘ ਸਰਾਜ ਜੀ, ਥੋੜਾ ਜਿਹਾ ਆਪਾਂ ਆਉਂਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਕਬੱਡੀ ਦੇ ਅੱਗੇ ਮੈਚ ਸ਼ੁਰੂ ਹੋਣੇ ਨੇ, ਤੇ ਜਦੋਂ ਖਾਸ ਕਰਕੇ ਇਸ ਤਰ੍ਹਾਂ ਦੇ ਮੈਚ ਸ਼ੁਰੂ ਹੁੰਦੇ ਨੇ ਕਈ ਵਾਰੀ ਲੜਾਈਆਂ ਝਗੜੇ ਹੁੰਦੇ ਨੇ, ਕਿਉਂਕਿ ਤੁਹਾਨੂੰ ਪਤਾ ਆ ਕਿ ਜਦੋਂ ਅਸੀਂ ਸੰਦੀਪ ਨੰਗਲੰਬੀਆਂ ਦੀ ਵੀ ਗੱਲ ਕਰਦੇ ਹਾਂ, ਜੋ ਕੁਝ ਪੰਜਾਬ ਦੇ ਵਿੱਚ ਗੈਂਗ ਵਾਰਸ ਚੱਲ ਰਹੀਆਂ ਨੇ, ਇਸ ਮੁੱਦੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ? ਬਿਲਕੁਲ ਜੀ, ਮੈਂ ਕਹਾਂਗਾ ਕਿ ਅੱਜ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਜਗਵੀਰ ਸਿੰਘ, ਸਾਡੇ ਬੜੇ ਹੀ ਪਿਆਰੇ ਦੋਸਤ
वेल्स तो तुसीं भी उन्हां नूं मिल चुके हो ते सुबह उन्हां दा टेलीफोन आया सी मैनूं क्योंकि वो कबड्डी दे टूरनामेंट कराउण जा रहे हैं ते आपां एक प्रोग्राम दे विच वी उन्हां नूं रिक्वेस्ट कीती सी कि तुसीं जिहड़े कबड्डी दे मैच हुंदे आ उत्थे बैनर इदां दे लगाओ जिवें कि कुदरत नाल प्यार करो कुदरती खेती नूं बहाल करो ते उन्हां ने मैनूं अज रिक्वेस्ट कीती कि सानू जिन्ने भी तुसीं बैनर लाउणा चाहुंदे आ वो बैनर घलो वो आप जाके उत्थे बैनर बनाउणगे। मैं इत्थों तक भी कहा सी कि मैं पिंगलवाड़ा अमृतसर तो तुहानूं बैनर बनवा के घल देना वो कहिंदे जी गल कोई नहीं असीं आप बना सकते हैं। सो उन्हां ने बैनर बना के ते उत्थे कबड्डी दे मैचां च लगाने हैं ते मैं कहांगा कि बैनर भी इदां दे होण कि जिहड़े कि हार्ट टचिंग होण जिवें कोई माँ जी दे बच्चे दी फोटो होए ते माँ कहिंदी होए कि मैं अपने बच्चे नूं कुदरती दुध पिआउनी है कुदरती खाणा खवाउनी है ते ऑरगैनिक खाणा खवाउनी है इदां दे ते कुदरत नाल प्यार करो धीआं बारे धीआं बारे कहो धीआं नूं ना मारो इदां दे जे मतलब उत्थे स्लोगन होणगे ते कबड्डी मैचां ते उत्थे मैनूं लगदा कि गोलियां चलणियां जां नशिआं दा जिहड़ा अपना वरतों है वो रुक सकती है क्योंकि जो भी जाऊगा उत्थे पहलां चंगे शब्द पढ़ूगा ते चंगे शब्दां नूं उचार के उन्हां ते अमल करना कोशिश करूगा। ये बिल्कुल जी क्योंकि हमेशा असीं यही गल करदे हां कि इंसान जो पढ़दा है जो सुनदा है जो देखदा है उहदा इफेक्ट जिहड़ा इंसान दे उत्ते हुंदा जरूर आ ਭਾਵੇਂ ਦੇਰ ਤੱਕ ਹੋਵੇ ਪਰ ਜੋ ਅੱਖੀ ਉਹਨਾਂ ਨੇ ਦੇਖਿਆ ਹੋਵੇ ਪੜ੍ਹਿਆ ਹੋਵੇ ਉਹਦਾ ਇਫੈਕਟ ਜ਼ਰੂਰ ਜਿਹੜਾ ਉਹ ਪੈਂਦਾ ਹੈਗਾ ਜ਼ਿੰਦਗੀ ਦੇ ਵਿੱਚ। ਪ੍ਰੋਗਰਾਮ ਜੀਵਨ ਜਾਂਚ ਕਰਨ ਦਾ ਵੀ ਸਾਡਾ ਮਕਸਦ ਇਹੀ ਆ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਜਾਗਰੂਕਤਾ ਲਿਆਈਏ ਥੋੜ੍ਹਾ ਜਿਹਾ ਆਪਣੀ ਜੀਵਨ ਜਾਂਚ ਜਿਹੜੀ ਇਹਨੂੰ ਬਦਲੀਏ। ਔਖਾ ਕੁੱਝ ਨਹੀਂ ਆ ਜਗਰਾਜ ਸਿੰਘ ਸਰਾਜੀ ਤੁਸੀਂ ਅੱਗੇ ਵੀ ਹਮੇਸ਼ਾ ਗੱਲ ਕਰਦੇ ਹੋ ਕਿਉਂਕਿ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਸਭ ਕੁਛ ਕਰ ਸਕਦੇ ਹੋ ਸਭ ਕੁਛ ਮੁਮਕਿਨ ਹੈਗਾ ਪਰ ਉਹਦੇ ਲਈ ਕੋਸ਼ਿਸ਼ ਕਰਨੀ ਪੈਣੀ ਆ। ਬਿਲਕੁਲ ਜੀ ਬਿਲਕੁਲ ਦੇਖੋ ਆਹ ਜਿਹੜੇ ਸਾਡੇ ਇਵੈਂਟ ਹੈਗੇ ਆ ਜੀ ਇਹ ਵੀ ਇੱਕ ਕੋਸ਼ਿਸ਼ਾਂ ਹੁੰਦੀਆਂ ਕਿਉਂਕਿ ਉੱਥੇ ਜੋ ਵੀ ਸੰਗਤ ਆਏਗੀ ਉਹ ਉਹਨਾਂ ਦਾ ਆਉਣਾ ਵੀ ਇੱਕ ਕੋਸ਼ਿਸ਼ ਹੈਗੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਆਉਂਦਿਆਂ ਨੂੰ ਦੇਖਣਗੇ ਤਾਂ ਉਹ ਦੂਸਰੀ ਸੰਗਤ ਦੇਖੂਗੀ ਕਿ ਜਿਹੜੇ ਘਰੇ ਬੈਠੇ ਆ ਕਿ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਭਾਵੇਂ ਉਹ ਪ੍ਰੋਗਰਾਮ ਇਵੈਂਟ ਨੂੰ ਦੇਖ ਸਕਣਗੇ ਲੇਕਿਨ ਜੋ ਸੰਗਤ ਉੱਥੇ ਖੁਦ ਉੱਥੇ ਮਤਲਬ ਨਤਮਸਤਕ ਹੁੰਦੀ ਹੈ ਉੱਥੇ ਲਿਟਰੇਚਰ ਲੈਂਦੇ ਆ ਜਾ ਕੇ ਉੱਥੇ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਉਹ ਗੱਲਾਂ ਬਾਤਾਂ 'ਚੋਂ ਕੁਛ ਨਾ ਕੁਛ ਸਲਿਊਸ਼ਨ ਨਿਕਲਦੇ ਆ ਕੁਛ ਸੁਝਾਅ ਜਿਹੜੇ ਆ ਉਹ ਮਤਲਬ ਬਹੁਤ ਚੰਗੇ ਹੁੰਦੇ ਆ ਤਾਂ ਅੱਗੇ ਵਧਣ ਵਾਸਤੇ ਇਹ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਅਤੇ ਕੋਸ਼ਿਸ਼ਾਂ ਕਹਿੰਦੇ ਹੁੰਦੇ ਵੀ ਕਦੇ ਵੀ ਨਾਕਾਮ ਨਹੀਂ ਜਾਂਦੀਆਂ ਜੇ ਕੋਸ਼ਿਸ਼ਾਂ ਨੂੰ ਦੀ ਦਿਸ਼ਾ ਸਹੀ ਹੋਵੇ ਅਤੇ ਇੱਦਾਂ ਦੀ ਜਿਹੜੇ ਕਿ ਸਮਾਗਮ ਹੈ ਮੈਂ ਕਹਿੰਦਾ ਕਿ ਇਹ ਕੋਈ ਵੀ ਸੰਸਥਾ ਹੋਵੇ ਕੋਈ ਵੀ ਭਾਵੇਂ ਔਰਗੇਨਾਈਜੇਸ਼ਨ ਹੋਵੇ ਆਪਾਂ ਹਜ਼ਾਰਾਂ ਪਾਉਂਡਾਂ 'ਚ ਖਰਚ ਕਰ ਦਿੰਦੇ ਹਾਂ ਨੀਅਰ ਕ੍ਰਿਸਮਸ ਕਿ ਅਸੀਂ ਜੀ ਐਨੂਅਲ ਫੰਕਸ਼ਨ ਸਾਡੀ ਕੰਪਨੀ ਦਾ ਹੈਗਾ ਸਾਡਾ ਜੀ ਇਹ ਪ੍ਰਮੋਸ਼ਨ ਹੈਗਾ ਕੋਈ ਪ੍ਰੋਗਰਾਮ ਲੇਕਿਨ ਮੈਂ ਕਹਾਂਗਾ ਕਿ ਦਾਨ ਨਾਲੋਂ ਅਤੇ ਸ਼ੁਕਰਾਨੇ ਨਾਲੋਂ ਵੱਡਾ ਕੋਈ ਹੋਰ ਸਮਾਗਮ ਨਹੀਂ ਹੋ ਸਕਦਾ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਸੰਗਤ ਜਿਵੇਂ ਸਾਡੇ ਨਾਲ ਜੁੜੀ ਹੈ ਪਹਿਲਾਂ ਤੋਂ ਉਵੇਂ ਜੁੜੀ ਰਹੇ ਆਪਾਂ ਹੋਰ ਜਿੰਨੀ ਕੁ ਹੋਰ ਸੰਗਤ ਹੈ ਉਹਨਾਂ ਨੂੰ ਵੀ ਇਹ ਸੰਦੇਸ਼ਾ ਪਹੁੰਚਾਈਏ ਤਾਂ ਕਿ ਆਪਾਂ ਜਿਵੇਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਐਡਾ ਵੱਡਾ ਕਾਫਲਾ ਬਣ ਜਾਈਏ ਕਿ UK US ਕਹਿੰਦਾ ਸਾਰੇ ਕੰਟਰੀਆਂ ਦੇ ਵਿੱਚ ਇਹ ਕਾਫਲੇ ਮਤਲਬ ਸੰਗਤ ਨੂੰ ਸੁਚੇਤ ਕਰਨ ਅਤੇ ਜੋ ਕੁਰੀਤੀਆਂ ਉਹਨਾਂ ਨੂੰ ਆਪਾਂ ਸੰਗਤ ਦੇ ਸਾਹਮਣੇ ਲੈ ਕੇ। ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਔਰਗੈਨਿਕ ਖੇਤੀ ਦੀ ਖਾਸ ਕਰਕੇ ਮੈਂ ਚਾਹੁੰਦੀ ਹਾਂ ਕਿ ਜਦੋਂ ਇਸ ਤਰ੍ਹਾਂ ਜਿੱਦਾਂ ਤੁਸੀਂ ਕਿਹਾ ਕਬੱਡੀ ਦੇ ਮੈਚ ਹੋਣੇ ਨੇ ਜਾਂ ਕਈ ਵਾਰੀ ਮੇਲੇ ਲੱਗਦੇ ਨੇ ਜਾਂ ਛਿੰਝਾਂ ਲੱਗਦੀਆਂ ਨੇ ਖਾਸ ਕਰਕੇ ਇੰਡੀਆ ਦੇ ਵਿੱਚ ਤੇ ਜੇ ਉੱਥੇ ਔਰਗੈਨਿਕ ਖੇਤੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਜੇ ਜਿਹੜੇ ਸਾਡੇ ਦਰਸ਼ਕ ਦੇਖ ਵੀ ਰਹੇ ਨੇ ਕਈ ਜਿਹੜੇ ਕਰਵਾਉਂਦੇ ਨੇ ਇੱਦਾਂ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਤਾਂ ਕਿ ਉੱਥੇ ਜਾ ਕੇ ਤੇ ਪਿੰਗਲਵਾੜੇ ਵੱਲੋਂ ਸਟਾਲ ਲਗਾਇਆ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਇਸ ਚੀਜ਼ ਦਾ ਇਫੈਕਟ ਜਿਹੜਾ ਉਹ ਪੈ ਸਕਦਾ ਤੇ ਹੌਲੀ ਹੌਲੀ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਔਰਗੈਨਿਕ ਖੇਤੀ ਵੱਲ ਨੂੰ ਉਹਨਾਂ ਦਾ ਝੁਕਾਵ ਜਿਹੜਾ ਉਹ ਹੋ ਸਕਦਾ ਆ। ਉਹ ਵੀ ਹੋ ਸਕਦਾ ਦੇਖੋ ਜੀ ਜਦੋਂ ਆਪਾਂ ਕਬੱਡੀ ਟੂਰਨਾਮੈਂਟ ਹੁੰਦਾ ਹੈ ਜਾਂ ਕੋਈ ਸਪੈਸ਼ਲੀ ਆਪਾਂ ਕਬੱਡੀ ਦੀ ਗੱਲ ਕਰਦੇ ਜੀ ਕਿ ਉੱਥੇ ਮਿਨਿਸਟਰਾਂ ਨੇ ਆਉਣਾ ਉਹਨਾਂ ਦੇ ਜਿਹੜੇ ਮੁੱਖ ਮਹਿਮਾਨ ਹੋਣਗੇ ਉਹ ਸਾਰੇ ਮਿਨਿਸਟਰੀ ਹੋਣਗੇ ਜੀ MP ਹੋਣਗੇ ਉਹਨਾਂ ਦੇ ਨਾਲ 200
जीप होएगी, कार होएगी, जो कि पोल्यूट कर रहे अपने एटमोसफियर को, जी उसकी बजाय ठीक है जी उन्होंने बुलाना बुलाओ, लेकिन मैं कहूँगा कि उत्थे समाज सेवी भी होनी चाहिए। जी डॉक्टर बीबी सरजीत कौर जे वो हरेक जगह पर नहीं जा सकते तो उन्होंने नुमाइंदे जा सकते हैं, वो अपने जो स्टेज तो वह कुदरती खेती दल्ला करे, वह पानिया मुख दलां करे, साढ़े किसान की जो दुर्दशा है वो गल्ला करे, तो जेडे नाल उ मिनिस्टर बैठे होना कना च भी गल हो, जे उत्थे तुसी समाज सेवियों को बुलाना ही नहीं तो फिर तो उन्होंने यही कहना जी कि पराली को एक जी कट्टन वाली असी मशीन इनवेंट की है, जी असी पराली पराली जे नाम बालन गए तो उन्होंने जी असी इन्ना ग्रांट देवे उन्होंने मुआवजा देवे। मैं कहना कि उत्थे समाज सेवी होगा कोई पिंगलवाड़े वाली संस्था वालों होगा, जो अपना बाबा जी संत सीचेवाल हो गए तो वह कहे कि तुम पानिया दलां पानी मुक्न दलां क्यों कर रहे हैं, झोना ना लगा दल क्यों नहीं करते, इदा दिया जे समाज सेविया तो यह गल् सुनिया स जा सकती हैं, तो इदा जे कबड्डी मैच है वह भी बड़े रंगीन हो जाएंगे जदों लोगों कोई उन्होंने चंकी तो सुचजी तो सुधार वाली गल्ला सुन के जाएंगे। बिल्कुल ताड़ी गल बिल्कुल सही है जगराज सिंह सिराज जी, पर अजकल समा इदा का चल रहा जिथे कोई समाज में सुधारन कर वाली गल हुंदी होवे जां कोई सीध देने वाली गल हुंदी होवे तां उधर नूं ध्यान घट देंदे ने, पर जिधर कुछ मैं कहूंगी उल्टा सुधा चल रहा होगा जां गलत सिख्या दी जा होवे उधर जिहड़ा झुकाव आ उह साडे लोकां दा ज्यादा आ, पर चलो ये कह सकते हैं कि गुरु महाराज समत बख्शन ते सही रस्ते वल नूं सारे जिहड़े तुरन। जिहड़ी अज दी खबर सीगी उहदे विच मैं अज पढ़ रही सीगी कि मौजूदा समें विच इस टाइम पंजाब दे विच 450 फुट ते पानी जिहड़ा उह मिल रिहा हैगा आ, आने वाले समय में 2039 तक कहते हैं कि 1000 फुट तक पानी जिहड़ा उह पंजाब दा मिलेगा जे इसे रफ्तार दे नाल, जिस तरह तुसीं झोने की गल की आ जे इस तरह झोने की जिहड़ी खेती हुंदी रही आ पानी बर्बाद हुंदा रहा तो आने वाले समय दे विच पानी की जिहड़ी आ उह काफ़ी कमी हो जाणी आ। पर जिवें तुसीं गल की कि जे इदां दे ओकेजन जिहड़े होणगे समागम होणगे जां खेडां जिथे हुंदियां ने इन्हां मैदानां दे विच उत्थे जे इह समाज सेवी आउण तां अजिही सिक्ख्या दित्ती जावे कि हाँ कि इन्हां चीज़ां दा हल किवें कढ़ना आ, सानूं इह तां पता लग गया कि आउण वाले समें च इह कमियां होणियां ने पर इन्हां दा हल किवें कढ़ना ਇਹ ਜਿਹੜਾ ਦੱਸਣ ਵਾਲੇ ਜੇ ਹਰ ਥਾਂ ਹੋਣ ਤਾਂ ਸੁਧਾਰ ਜਿਹੜਾ ਉਹ ਆ ਸਕਦਾ ਹੈ। ਜਗਰਾਜ ਸਿੰਘ ਸਰਾਜ ਜੀ ਸਮਾਂ ਜਿਹੜਾ ਆਪਣੇ ਕੋਲ ਉਹ ਵੀ ਥੋੜਾ ਰਹਿ ਗਿਆ, ਜਾਣ ਤੋਂ ਪਹਿਲਾਂ ਕੁਝ ਹੋਰ ਸੁਨੇਹਾ ਜਿਹੜਾ ਦੇਣਾ ਚਾਹੁੰਦੇ ਹੋ ਨਾਲ ਦੇ ਨਾਲ ਮੈਂ ਥੋੜੀ ਜਾਊਂਗੀ ਕਿ ਤੁਸੀਂ ਜਿਹੜੀ ਆ ਤੁਹਾਡਾ ਸਮਾਗਮ ਜਿਹੜਾ ਹੈ ਐਨੂਅਲ ਉਹਦੀ ਵੀ ਅਪਡੇਟ ਜਿਹੜੀ ਉਹ ਦੁਬਾਰਾ ਇੱਕ ਵਾਰੀ ਸੰਗਤਾਂ ਨੂੰ ਦੇ ਦਿਓ। ਬਿਲਕੁਲ ਜੀ ਬਿਲਕੁਲ, ਪਹਿਲਾਂ ਤਾਂ ਇੱਕ ਮੈਂ ਤੁਹਾਨੂੰ ਜਿਹੜਾ ਤੁਸੀਂ ਗੱਲ ਕੀਤੀ ਤੇ ਡੂੰਘੇ ਪਾਣੀ ਦੀ ਜੀ, ਇਹ ਮੈਂ ਡਾਕਟਰ ਬੀਬੀ ਇੰਦਰਜੀਤ ਕੌਰ ਜੀ ਦੇ ਨਾਲ ਗੱਲ ਕਰ ਰਿਹਾ ਸੀ ਪਿਛਲੇ ਵੀਡੀਓ ਦੇ ਵਿੱਚ, ਉਹ ਕਹਿੰਦੇ ਕਿ ਜਿੰਨਾ ਪਾਣੀ ਤੁਸੀਂ ਡੂੰਘਾ ਲਈ ਜਾਂਦੇ ਨਾ ਉਹਦੇ ਵਿੱਚ ਇੱਦਾਂ ਦੀਆਂ ਧਾਤਾਂ ਮਿਲੀਆਂ ਹੁੰਦੀਆਂ ਜਿਹੜੀਆਂ ਕਿ ਉਹ ਬੜੀਆਂ ਡੇਂਜਰਸ ਹੈ, ਉਹ ਪੀਣ ਵਾਲਾ ਵੀ ਨਹੀਂ ਪਾਣੀ ਹੁੰਦਾ, ਉਹ ਫਸਲਾਂ ਨੂੰ ਦੇਣ ਵਾਲਾ ਵੀ ਪਾਣੀ ਨਹੀਂ। ਸੋ ਇਹ ਉੱਥੋਂ ਦੇ ਕਿਸਾਨਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ ਕਿ ਡੂੰਘਾਈ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਜਾ ਰਹੇ ਹੋ ਅਤੇ ਇਹ ਕੋਈ ਰਿਜ਼ਲਟ ਮਤਲਬ ਇੱਕ ਨਤੀਜਾ ਨਹੀਂ ਹੈਗਾ, ਕੋਈ ਚੰਗਾ ਸੁਝਾਅ ਨਹੀਂ ਹੈਗਾ ਜਾਂ ਚੰਗਾ ਕੋਈ ਆਪਾਂ ਇਹ ਨਹੀਂ ਪ੍ਰੋਬਲਮ ਨੂੰ ਕਿਸੇ ਨੂੰ ਸੁਲਝਾ ਲਿਆ ਹੈਗਾ। ਅਤੇ ਇਸ ਕਰਕੇ ਜਾਣੀ ਆਪਾਂ ਨੂੰ ਇਹੀ ਸੋਚਣਾ ਅਖੀਰ ਨੂੰ ਆਪਾਂ ਨੂੰ ਕੁਦਰਤੀ ਖੇਤੀ ਵੱਲ ਨੂੰ ਮੁੜਨਾ ਪਊਗਾ। ਅਤੇ ਆਖਰੀ ਜਿਹੜਾ ਆਪਣਾ ਮੈਸੇਜ ਇਹੀ ਹੈ ਕਿ ਹਮੇਸ਼ਾ ਰਿਕੁਐਸਟ ਕਰਦੇ ਹਾਂ ਕਿ ਹੁਣ 15 ਤਰੀਕ ਤੱਕ ਅਸੀਂ ਇਹੀ ਰਿਕੁਐਸਟ ਨੂੰ ਕਰੀ ਜਾਣੀ ਹੈ ਕਿ ਜ਼ਰੂਰ ਆਓ, ਅਤੇ ਜਿਵੇਂ ਜੇ ਤੁਹਾਡੇ ਕੋਲ ਰਿਕੁਐਸਟ ਪਹੁੰਚਦੀ ਹੈ ਤਾਂ ਆਪਣੇ ਦੂਜੇ ਭੈਣ ਭਰਾ ਰਿਸ਼ਤੇਦਾਰ ਜੋ ਵੀ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਉੱਥੇ ਲੈ ਕੇ ਆਓ ਤਾਂ ਕਿ ਆਪਾਂ ਇੱਕ ਸੰਗਤ ਦੇ ਰੂਪ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰ ਸਕਦੇ। ਬਿਲਕੁਲ ਜੀ, ਔਰ ਮੈਂ ਉਮੀਦ ਵੀ ਕਰਦੀ ਹਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਬੈਠੇ ਤੁਸੀਂ ਪ੍ਰੋਗਰਾਮ ਨੂੰ ਦੇਖ ਰਹੇ ਹੋ ਸਾਰਿਆਂ ਤੱਕ ਇਹ ਸੁਨੇਹਾ ਜ਼ਰੂਰ ਪਹੁੰਚਾਓਗੀ ਤੇ ਪਹੁੰਚਿਓ ਜ਼ਰੂਰ। ਮੈਂ ਫਿਰ ਇੱਕ ਵਾਰੀ ਕਹੂੰਗੀ ਸੰਗਤਾਂ ਪਹੁੰਚਣਗੀਆਂ ਤਾਂ ਹੀ ਜਿਹੜਾ ਹੈਗਾ ਆ ਇੱਕ ਕਾਫਲਾ ਜਿਹੜਾ ਉਹ ਬਣ ਸਕਦਾ ਤੇ ਇਸ ਕਾਫਲੇ ਦੇ ਨਾਲ ਹੀ ਅਸੀਂ ਜਿਹੜੇ ਉਹ ਕਾਮਯਾਬ ਹੋ ਸਕਦੇ ਹਾਂ, ਇੱਕ ਚੰਗੀ ਸੋਚ ਜਿਹੜੀ ਆ ਉਹ ਲੈ ਕੇ ਜਾ ਸਕਦੇ ਹਾਂਗੇ। ਸੋ ਬਹੁਤ ਬਹੁਤ ਧੰਨਵਾਦ ਜਗਰਾਜ ਸਿੰਘ ਸਰਾਜ ਜੀ ਕਿ ਤੁਸੀਂ ਸਮਾਂ ਕੱਢਿਆ ਤੇ ਬਹੁਤ ਹੀ ਜਾਣਕਾਰੀ ਪ੍ਰੋਗਰਾਮ ਦੇ ਵਿੱਚ ਭਰਪੂਰ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ। ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਫਿਰ ਇਸੇ ਤਰ੍ਹਾਂ ਹੀ ਜੀਵਨ ਜਾਂਚ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਭਰਪੂਰ ਜਿਹੜੇ ਹੋਰ ਮੁੱਦੇ ਨੇ ਉਹਨਾਂ ਤੇ ਗੱਲ ਕਰੀਏ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।